ਦੇਖਿਆ ਗਊਸ਼ਾਲਾ ਚ ਕਿੰਨੇ ਸਮਾਨ ਚੋਰੀ ਹੋ ਗਿਆ ਚੋਰੀ ਵਾਲਾ ਦਾ ਤਾਂ ਪੁੱਛਿਓ ਨਾ ਆ ਗਊਸ਼ਾਲਾ ਚ ਹੋਈ ਪਈ ਹੈ ਤੇ ਆ ਦੇਖੋ ਨਾ ਗੱਟੇ ਚੱਕ ਕੇ ਲੈ ਗਿਆ ਕਣਕ ਦੇ ਆ ਕੀ ਦਾ ਫੋਨ ਆ ਰਿਹਾ ਮੈਡਮ ਜੀ ਤੁਹਾਡਾ ਫੋਨ ਆਇਆ ਨਹੀਂ ਚੱਕੇ ਜੀਵਨ ਹੈਲੋ ਹਾਂਜੀ ਹਾਂਜੀ ਹੈਗੇ ਮੈਡਮ ਲਓ ਗੱਲ ਕਰ ਲਓ ਹੈਲੋ ਚੇਨ ਚੋਰੀ ਸੁਣ ਕਿੰਨੇ ਵਾਰੀ ਕਿਹਾ ਉਧਰ ਕਿਉਂ ਜਾਂਦੇ ਹੁੰਦੇ ਹੋ ਇਕੱਲੇ ਕਿਉਂ ਜਾਂਦੇ ਹੁੰਦੇ ਹੋ ਮਾਂ ਨੂੰ ਨਾਲ ਲੈ ਕੇ ਜਾਇਆ ਕਰੋ ਚੱਲ ਕੋਈ ਨਾ ਤੁਸੀਂ ਇਕੱਲੇ ਘਰੇ ਜਾਓ ਹੁਣ ਕਰਦੇ ਹਾਂ ਹੱਲ ਠੀਕ ਹੈ ਬੇਫਿਕਰ ਹੋ ਜਾ ਹੁਣ ਠੀਕ ਹੈ ਚੱਲ ਜੀਵਨ ਮੁੱਖ ਵਰੀਆਂ ਦੇ ਨੰਬਰ ਲਾ ਕੇ ਰੱਖ ਕੀ ਹੋ ਗਿਆ ਮੈਡਮ ਚੈਨ ਚੋਰੀ ਹੋ ਗਈ ਮੇਰੀ ਭੈਣ ਦੀ ਅੱਛਾ ਲੈ ਆਪਾਂ ਤਾਂ ਚੋਰੀਆਂ ਦੀ ਗੱਲਾਂ ਕਰੀਆਂ ਨਹੀਂ ਉਹ ਵੀ ਕੰਮ ਹੋ ਗਿਆ ਭੋਲੇ ਨੂੰ ਫੋਨ ਲਾਉਣਾ ਅਗਲਾ ਓ ਹੈਲੋ ਭੋਲੇ ਕਿੱਥੇ ਆ ਓ ਯਾਰ ਆ ਜੂਸ ਵਾਲੀ ਮਾਰਕੀਟ 'ਚ ਚੋਰੀ ਹੋ ਗਈ ਉਹ ਚੈਨ ਖੋਲ ਕੇ ਲੈ ਗਿਆ ਮੈਡਮ ਦੀ ਭੈਣ ਦੀ ਉਹ ਕਰੀ ਫੋਨ ਸਾਰਿਆਂ ਨੂੰ ਯਾਰ ਫਿਰ ਕਰਦੇ ਆ ਪਾਉਣੇ ਲੰਮਾ ਉਹਨੂੰ ਆਪਾਂ ਠੀਕ ਹੈ ਠੀਕ ਹੈ ਆਉਣੇ ਅਸੀਂ ਬਸ ਪਹੁੰਚਦੇ ਹਾਂ ਠੀਕ ਹੈ ਓਕੇ ਕਰਤਾ ਜੀ ਭੋਲੇ ਨੂੰ ਫੋਨ ਉਹ ਕਹਿੰਦਾ ਚਾਰ ਪੰਜ ਜਣ ਨੂੰ ਮੈਂ ਕਰਦਾ ਫੋਨ ਦੇਣਾ ਆ ਜੀ ਤੁਸੀਂ ਮੇਰੇ ਕੋਲ ਚਲੋ ਚੱਲੀਏ ਚਲੋ ਚੱਲ ਗਈ ਹਾਂ ਆ ਨਾਲ ਹੀ ਲੈ ਚਲੋ ਫੈਲ ਆਈ ਆ ਮੰਮੀ ਬਾਈ ਆ ਆ ਜਾ ਲੰਘਿਆ ਅੰਦਰ ਹੀ ਲੰਘਿਆ ਲੈ ਬਾਈ ਸਮਾਨ ਦੇ ਆ ਬਾਈ ਕੀ ਗੱਲ ਹੋ ਗਈ ਬੜਾ ਗਲੀ ਚ ਫਿਰਦਾ ਬਾਈ ਆ ਲੈ ਮੈਂ ਸਮਾਨ ਦੇ ਦੇ ਯਾਰ ਆ ਲੈ ਜਾਣ ਅੱਜ ਚਾਰ ਪੰਜ ਦਿਨਾਂ ਦਾ ਸਮਾਨ ਅਸਲੀ ਤਾਂ ਹੈਗੀ ਹੈ ਇਹ ਹਾਂ ਬਾਈ ਅਸਲੀ ਹੈ ਜਮਾ ਓਰੀਜਨਲ ਆ ਕਿੱਥੋਂ ਲੈ ਗਿਆ ਬਸ ਤੂੰ ਐ ਨਾ ਪੁੱਛ ਕਿੱਥੋਂ ਲੈ ਗਿਆ ਬਸ ਸਮਾਨ ਦੇ ਦੇ ਮੈਨੂੰ ਸਮਾਨ ਤਾਂ ਮਿਲ ਜਾਂਦਾ ਇੱਕ ਮਿੰਟ ਬੈਠ ਓ ਵੱਡ ਸਮਾਨ ਆ ਧੰਨਵਾਦ ਬਾਈ ਤੇਰਾ ਕੀ ਗੱਲ ਹੋ ਗਈ ਬੜਾ ਨਾ ਨਾ ਬਾਈ ਫੇਰ ਦੱਸੂ ਤੈਨੂੰ ਹੁਣ ਮੇਰੇ ਕੋਲ ਟਾਈਮ ਹੈ ਨਹੀਂ ਚੱਲ ਠੀਕ ਹੈ ਅਲੇ ਕਾਲੀ ਜਾਇਆ ਅੰਦਰ ਚੱਲ ਆਪਾਂ ਕੀ ਲੈਣਾ ਗੋਲਡ ਦੀ ਚੈਨ ਦੇ ਗਏ ਠੀਕ ਹੈ ਜੀ ਤੁਹਾਡੀ ਗੱਲ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਲੈ ਆ ਤਾਂ ਵਧੀਆ ਹੋ ਗਿਆ ਆਪਣਾ ਤਾਂ ਕੁੜੀ ਦਾ ਰਿਸ਼ਤਾ ਪੱਕਾ ਹੋ ਗਿਆ ਅੱਛਾ ਹਾਂ ਕਰਤੀ ਉਹਨੇ ਨੇ ਹਾਂ ਕਰਤੀ ਚੱਲ ਸ਼ੁਕਰ ਹੈ ਵਧੀਆ ਮਨ ਤਾਂ ਡਰ ਸੀਗਾ ਵੀ ਆਪਣਾ ਮੁੰਡਾ ਕਲਾਸਣਾ ਕੋਈ ਹੋਰ ਨਾ ਭਾਨੀ ਮਾਰ ਦੇ ਚੱਲ ਆ ਤਾਂ ਵਧੀਆ ਕਰਤਾ ਪੁੱਤ ਤੂੰ ਤਾਂ ਆਦੇ ਘਰੇ ਜਾਂਦੀ ਹੋ ਜਾਏਗੀ ਚੱਲ ਸਾਡੇ ਨਾਲ ਜਿਹੜੀ ਹੋਊਗੀ ਹੋਊਗੀ ਤੂੰ ਤਾਂ ਸੌਖੀ ਰਹੇਗੀ ਨਾ ਉਹ ਤਾਂ ਠੀਕ ਹੈ ਬਾਪੂ ਜੀ ਪਰ ਮਗਰੋਂ ਮੈਨੂੰ ਤੁਹਾਡੀ ਫਿਰ ਵੀ ਸੋਚ ਰਹੂਗੀ ਉਹ ਪੁੱਤ ਸਾਡੇ ਤਾਂ ਜਿਹੜੀ ਜ਼ਿੰਦਗੀ ਆਈ ਲੰਘ ਜੁਗ ਦਿਨ ਪਤਾ ਤੂੰ ਸੌਖੀ ਰਹੀ ਨਾ ਮੇਰਾ ਪਰਮਾਤਮਾ ਕੋਲ ਇਹੀ ਅਰਦਾਸ ਕਰਦਾਂਗਾ ਵੀ ਇਹ ਧੀਆਂ ਰੱਬ ਸਭ ਨੂੰ ਦੇਵੇ ਦੇਖ ਜਿਵੇਂ ਤੂੰ ਸਾਡੀ ਹੁਣ ਤੱਕ ਇੱਜ਼ਤ ਰੱਖੀ ਆ ਗਾਹਾਂ ਜਾ ਕੇ ਵੀ ਆਈ ਰੱਖੀ ਚੱਲ ਤੂੰ ਤਾਂ ਸਿਆਣੀ ਆ ਉਹ ਤਾਂ ਜਿਹੜਾ ਕਲਸਣਾ ਹੈਗਾ ਹੈਗਾ ਸੋਚ ਨਾ ਕਰੋ ਬਾਪੂ ਜੀ ਜੇ ਸਿਆਣੀ ਹੈ ਇਹਦੇ ਕਰਮ ਵੀ ਚੰਗੇ ਉਗੜਿਆ ਗਾਹਾਂ ਵੀ ਚੱਲ ਪਰਮਾਤਮਾ ਕਹਿੰਦਾ ਆਪ ਹੀ ਸੁਣਦਾ ਗਾ ਇਹ ਤਾਂ ਹੈ ਹੋਰ ਚੰਗੇ ਨੂੰ ਚੰਗੀ ਹੁੰਦਾ ਗਾ ਪਰਮਾਤਮਾ ਨੇ ਬਾਹਲੀ ਸੋਹਣੀ ਸੁਣ ਲਈ ਆਪਣੀ ਹੋਰ ਹਾਂ ਮੈਨੂੰ ਤਾਂ ਬਾਹਲਾ ਹੀ ਹੋ ਹੁੰਦਾ ਗਾ ਬਸ ਉਹਦੇ ਸੁਣ ਕੇ ਗੱਲਾਂ ਜ਼ਰੂਰ ਉਹ ਹੋ ਜਾਂਦਾ ਗਾ ਕੋਈ ਨਾ ਬਾਪੂ ਜੀ ਉਹ ਵੀ ਸੁਧਰ ਜੂਗਾ ਐਵੇਂ ਸੋਚ ਨਾ ਕਰਿਆ ਉਹ ਸੋਚ ਤਾਂ ਪੁੱਤ ਤੈਨੂੰ ਪਤਾ ਫਿਰ ਆ ਹੀ ਜਾਂਦੀ ਆ ਆਵੇ ਕਿਵੇਂ ਨਾ ਇਹ ਤਾਂ ਹੈ ਆ ਖੜਕਾ ਜਿਹਾ ਕਾਹਦਾ ਹੋ ਜਾਂਦਾ ਪੁਲਿਸ ਵਾਲੇ ਕਿਵੇਂ ਆਈ ਜਾਂਦੇ ਚਲੋ ਮੈਡਮ ਜੀ ਚੰਨੀ ਓਏ ਚੰਨੀ ਕਿੱਥੇ ਕੀ ਗੱਲ ਹੋ ਗਈ ਜੀ ਕਿੱਥੇ ਚੰਨੀ ਫੇਰ ਦੱਸਾਂਗੇ ਜੋ ਘੋਟੇ ਫੇਰੇ ਛੋਟੇ ਸਾਰਾ ਡੱਫਰ ਮੈਂ ਨਾਲ ਲਾ ਰਲਿਆ ਵੈ ਚਲੋ ਮੈਡਮ ਜੀ ਉਧਰ ਦੇਖੋ ਕਿਰਾ ਮੈਂ ਇਧਰ ਦੇਖਦਾ ਕੀ ਹੋ ਗਿਆ ਮੈਂ ਤਾਂ ਆ ਗਿਆ ਅਸੀਂ ਭਾਂਡੇ ਭੰਨੀ ਜਾਂਦੇ ਆ ਸਾਹਿਬ ਜੀ ਗੱਲ ਤਾਂ ਦੱਸੋ ਗੱਲ ਕੀ ਹੋ ਗਈ ਗੱਲ ਕੀ ਹੋਈ ਹੈ ਚੇਨ ਖੋ ਕੇ ਭੱਜਿਆ ਤੁਹਾਡਾ ਮੁੰਡਾ ਚੇਨ ਖੋ ਕੇ ਭੱਜਿਆ ਆਹੋ ਹੁਣ ਆ ਕੰਮਾਂ ਤੇ ਵੀ ਉਤਰ ਆਇਆ ਹੋਰ ਚੋਰੀਆਂ ਕਰਦਾ ਤੁਹਾਡਾ ਮੁੰਡਾ ਤੁਹਾਨੂੰ ਪਤਾ ਹੀ ਨਹੀਂ ਹਜੇ ਦੇਖੋ ਸਾਹਿਬ ਜੀ ਅਸੀਂ ਤਾਂ ਪਹਿਲੇ ਹੀ ਬਾਰੇ ਦੁਖੀ ਆ ਉਹ ਤੋਂ ਨਸ਼ਾ ਤਾਂ ਜ਼ਰੂਰ ਕਰਦਾ ਸੀਗਾ ਪਰ ਆਹ ਕੰਮ ਨਹੀਂ ਪਹਿਲਾਂ ਸੁਣਿਆ ਸੀਗਾ ਵੀ ਉਹ ਚੋਰੀਆਂ ਵੀ ਕਰਨ ਲੱਗ ਗਿਆ ਮਾਂ ਪਿਓ ਦਾ ਪਹਿਲੇ ਦੁੱਖ ਹੁੰਦਾ ਜੇ ਤੁਸੀਂ ਤੁਹਾਨੂੰ ਕੋਈ ਗਲਤ ਫਹਿਮੀ ਹੋ ਗਈ ਹੋਣੀ ਹੈ ਲੈ ਗਲਤ ਫਹਿਮੀ ਹੋ ਗਈ ਅੱਛਾ ਤੂੰ ਨਾਲ ਰਲੀ ਵੀ ਉਹਦੇ ਗਲਤ ਫਹਿਮੀ ਹੋ ਗਈ ਮੈਡਮ ਪੌਲਾ ਉਹ ਖੜੀਏ ਨੂੰ ਪਤਾ ਲੱਗੇ ਗਲਤ ਫਹਿਮੀ ਹੋ ਗਈ ਸਾਨੂੰ ਕੋਈ ਗਲਤ ਫਹਿਮੀ ਨਹੀਂ ਹੋਈ ਇਹਨਾਂ ਨੂੰ ਗਲਤ ਫਹਿਮੀ ਕਹਦੀ ਆ ਜੇ ਕੁਛ ਦੇਖਿਆ ਫੇਰ ਹੀ ਆਇਆ ਐਂ ਕਿ ਮੈਂ ਅੱਗੇ ਨਹੀਂ ਕਿਤੇ ਕੋਈ ਘਰੇ ਆ ਗਿਆ ਗਲਤ ਫਹਿਮੀ ਤਾਂ ਉਹਨੂੰ ਆ ਜਿਹਨੂੰ ਤੂੰ ਕਹਿੰਦੀ ਟੋਕਣ ਨਹੀਂ ਦਿੰਦੀ ਆਹ ਦੇਖ ਲਾ ਆਹ ਕੰਮਾਂ ਤੇ ਵੀ ਉਤਰਿਆ ਆ ਤੂੰ ਕਹਿੰਦਾ ਨਹੀਂ ਸੁਧਰ ਜੂ ਆਹ ਕੀ ਸੁਧਰ ਜੂ ਆਹ ਦੇਖ ਲਾ ਆ ਸੁਧਰ ਗਿਆ ਨੈਕਸਟ ਸਰੀ ਹੋਰ ਚੋਰੀ ਕੀਤੀ ਹੋਵੇ ਤਾਂ ਠੀਕ ਹੈ ਮੈਡਮ ਦੀ ਮੈਡਮ ਦੀ ਭੈਣ ਦੀ ਚੈਨ ਖੋ ਕੇ ਲੈ ਗਿਆ ਦੇਖੋ ਜੀ ਹਾਂ ਅਫਸਰ ਲੱਗੀ ਵੀ ਐਡੀ ਵੱਡੀ ਅਫਸਰ ਹੋਵੇ ਭਾਵੇਂ ਹੋਵੇ ਚੋਰੀ ਤਾਂ ਜੀ ਚੋਰੀ ਹੁੰਦੀ ਆ ਜਿਹੜਾ ਉਹਨੇ ਕਰਿਆ ਬਹੁਤ ਵੱਡਾ ਗੁਨਾਹਗਾ ਸਜ਼ਾ ਮੈਂ ਤਾਂ ਕਹਿੰਦਾ ਮਿਲਣੀ ਚਾਹੀਦੀ ਹੈ ਜੀ ਮੈਨੂੰ ਤਾਂ ਲੱਗਦਾ ਇਹਦੀ ਮਾਂ ਨਾਲ ਰਲੀ ਵੀ ਆ ਦੇਖੋ ਪਿਓ ਮੰਨੀ ਜਾਂਦਾ ਵੀ ਸਾਡਾ ਮੁੰਡਾ ਚੋਰੀਆਂ ਕਰਦਾ ਇਹ ਕਹਿੰਦੀ ਸਾਨੂੰ ਗਲਤ ਫਹਿਮੀ ਹੋ ਗਈ ਨਹੀਂ ਜੀ ਮੈਂ ਤਾਂ ਕਹਿੰਦੀ ਤੂੰ ਸਾਰੇ ਜਾਓ ਨਹੀਂ ਸਾਹਿਬ ਜੀ
ਸਾਰਿਆਂ ਦੀ ਕੀ ਗੱਲ ਆ ਜਦੋਂ ਘਰੇ ਆ ਗਿਆ ਮੈਂ ਤੁਹਾਨੂੰ ਆਪ ਫੜਾਉਂਗਾ ਤੇ ਇਹ ਕੌਣ ਹੈ ਰਿਸ਼ਤੇਦਾਰ ਤੁਹਾਡੇ ਨਹੀਂ ਨਹੀਂ ਮੇਰੀ ਗੁੱਡੀ ਹੈ ਜੀ ਤੇ ਫਿਰ ਸ਼ਰਮ ਮੰਨੇ ਮਾੜੀ ਮੋਟੀ ਕੁੜੀ ਵਿਆਹਣ ਵਾਲੀ ਹੋਈ ਤੇ ਚੋਰੀਆਂ ਕਰਦਾ ਫਿਰਦਾ ਹੈਗਾ ਅਸੀਂ ਸਾਰੇ ਸਾਥ ਨਹੀਂ ਚਾਹੀਦੇ ਮਾੜੀ ਮੋਟੀ ਅਸੀਂ ਤਾਂ ਐ ਕਹਿੰਦੇ ਆ ਆ ਜਿਹੜੇ ਚਿੱਟਾ ਵੇਚਦੇ ਨਾ ਉਹਨਾਂ ਦੇ ਨੱਥ ਪਾਓ ਆ ਗਰੀਬ ਬੰਦੇ ਦਾ ਬੰਦਾ ਉਹਦੀ ਚੜ ਕੇ ਆ ਜਾਂਦਾ ਜੀ ਅੱਛਾ ਹੁਣ ਤੂੰ ਸਾਨੂੰ ਸਮਝਾਏਗਾ ਵੀ ਕਿਤੇ ਨੱਥ ਪਾਉਣੀ ਆ ਸਮਝਾਉਂਦਾ ਨਹੀਂ ਜੀ ਸਮਝਾਉਣ ਵਾਲੀ ਕੀ ਗੱਲ ਆ ਜੀ ਜੇ ਮੈਂ ਇੰਨੇ ਸਮਝਾਉਣ ਵਾਲਾ ਹੁੰਦਾ ਮੈਂ ਆਪਦੀ ਲਾਤ ਨੂੰ ਨਾ ਸਮਝਾ ਲੈਂਦਾ ਜੀ ਮੈਂ ਤੁਹਾਨੂੰ ਦੱਸਾਂ ਸ਼ਾਮ ਤੱਕ ਚੰਨੀ ਹਾਜ਼ਰ ਹੋ ਜਾਣਾ ਚਾਹੀਦਾ ਠੀਕ ਹੈ ਨਹੀਂ ਫਿਰ ਸਾਨੂੰ ਹਾਜ਼ਰ ਕਰਨਾ ਆਉਂਦਾ ਹੈਗਾ ਦੇਖੋ ਜਿਵੇਂ ਮਰਜ਼ੀ ਕਰ ਲਓ ਮੇਰਾ ਤਾਂ ਉਹ ਬੇਦਾਵੇ ਲਿਖਾਇਆ ਹੈਗਾ ਜੇ ਮੈਨੂੰ ਤਾਂ ਮਾਰੋ ਜਾਂ ਕੁਝ ਮਰਜ਼ੀ ਕਰੋ ਤੇ ਫਿਰ ਰੋਣ ਦਾ ਰੋਣ ਦੇ ਢੰਗ ਕਿਉਂ ਕਰਦਾ ਹੈਗਾ ਢੰਗ ਤਾਂ ਹੈ ਜੀ ਫਿਰ ਵੀ ਲਾਤ ਆਉਂਦੀ ਆ ਦੁੱਖ ਤਾਂ ਆਉਂਦੀ ਹੈ ਜੀ ਆਹ ਕੰਮਾਂ ਦੇ ਪੁੱਤਰ ਆਇਆ ਕਿੰਨਾ ਸਾ ਖਾਂਦਾ ਚਲੋ ਮੈਡਮ ਜੀ ਚੱਲ ਗਏ ਆਪਾਂ ਫਿਰ ਕੋਈ ਕਰਦੇ ਆ ਨਾ ਦੋ ਹੱਥ ਬਾਅਦ ਚ ਜਦੋਂ ਆ ਗਿਆ ਹਾਜ਼ਰ ਕਰ ਦਿਓ ਉਹਨੂੰ ਕਰ ਦਿਆਂਗੇ ਜੀ ਕਰ ਦਿਆਂਗੇ ਧੰਨਵਾਦ ਤੁਹਾਡਾ ਆ ਦੇਖ ਲਾ ਧੀਏ ਕਰੂਗਾ ਫਿਰ ਸਮਝਾਇਆ ਨਹੀਂ ਤੇਰੇ ਸਾਹਮਣੇ ਮੈਂ ਕਹਿੰਦਾ ਨਹੀਂ ਰਿਹਾ ਅੱਗੇ ਪੁੱਤਾ ਫਿਰ ਕੀ ਹੁੰਦਾ ਆਹ ਪੁੱਤ ਪੁੱਤ ਕਰਕੇ ਸਮਝਾ ਲਿਆ ਆਪਣੇ ਇਕੱਲਾ ਗਾ ਇਕੱਲਾ ਗਾ ਆਹ ਦੇਖ ਲਾ ਇਕੱਲੇ ਦੇ ਨਤੀਜੇ ਦੇਖ ਲਾ ਹੁਣ ਇਕੱਲੇ ਤਾਂ ਦੁਨੀਆ ਦੇ ਨਹੀਂ ਫੋਨ ਆ ਜਾਂਦਾ ਮੈਨੂੰ ਲੱਗਦਾ ਕਿਸੇ ਦਾ ਕੋਈ ਹੋਰ ਨਾ ਕਰਤਾ ਹੋਵੇ ਹੈਲੋ ਕਿੱਥੇ ਜੀ ਉਹ ਉਹ ਕਾਲੇ ਕੇ ਨਿੱਕੇ ਦਾ ਘਰੋਂ ਕਣਕ ਦਾ ਗੱਟਾ ਚੱਕ ਕੇ ਲੈ ਗਿਆ ਲੈ ਇੱਕ ਹੋਰ ਆ ਗਿਆ ਆਹ ਚੋਰੀਆਂ ਦੇ ਉੱਤੇ ਚੱਲ ਗਰੀਬ ਨੇ ਗਰੀਬ ਦੀ ਕਣਕ ਲੈ ਗਿਆ ਕੀ ਗੱਲਾਂ ਬਾਤਾਂ ਕਰ ਲਾ ਉਹਦੀਆਂ ਮੈਂ ਕਹਿੰਦਾ ਤੇਰਾ ਪਿਓ ਕਹਿੰਦਾ ਗੱਲਾਂ ਬਾਤਾਂ ਕਰ ਲੋ ਕੀ ਕਰ ਲਈਏ ਗੱਲਾਂ ਬਾਤਾਂ ਉਹਦੀਆਂ ਨਿਮਾਣੇ ਦੀਆਂ ਕੀ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ ਨੇ ਮੈਨੂੰ ਚੰਗਾ ਲੱਗਦਾ ਹੈਗਾ ਐ ਨਹੀਂ ਦੇਖਦਾ ਮੇਰੇ ਪਿਓ ਦੀ ਇੱਜ਼ਤ ਮੇਰੇ ਮਾਪੇ ਦੀ ਇੱਜ਼ਤ ਰੋਲਦਾ ਹੈਗਾ ਹਾਂ ਮਟਿਆਰ ਭੈਣ ਘਰੇ ਹੈਗੀ ਸ਼ਰਮ ਨਹੀਂ ਮੰਨਦਾ ਹੈਗਾ ਉਹਨੂੰ ਸ਼ਰਮ ਕੀ ਮੰਨਣੀ ਆ ਉਹਨੂੰ ਤਾਂ ਕਿੱਲੀ ਦੇ ਟੰਗ ਰੱਖੀ ਲਾ ਕੇ ਤੇ ਚਮੜਾਇਆ ਮਾ ਉਹ ਤੇਰਾ ਹੋਇਆ ਪੁੱਤ ਮੈਂ ਤਾਂ ਐ ਸੀਗਾ ਚੱਲ ਕਦੇ ਨਾ ਕਦੇ ਹੌਲੀ ਹੌਲੀ ਸੁਧਰ ਜੂ ਕੋਈ ਗੱਲ ਨਹੀਂ ਅੱਜ ਮੈਨੂੰ ਕੀ ਪਤਾ ਇਹ ਥੋੜੇ ਤੇ ਥੋੜਾ ਗਾਹਾਂ ਬਾਹਲਾ ਹੀ ਚੱਲ ਪਊਗਾ ਕੰਮ ਇਹਦਾ ਮੈਂ ਜਦੋਂ ਬੰਦਾ ਲੱਗ ਹੀ ਗਿਆ ਉਹ ਕਿੱਥੋਂ ਛੱਡ ਦੂਗਾ ਜੇ ਤੈਨੂੰ ਮਾੜਾ ਮਾੜਾ ਪਤਾ ਲੱਗਦਾ ਸੀ ਨਾ ਉਹਦੀ ਕਹਿਣਾ ਸੀ ਤੂੰ ਬਾਪੂ ਨੂੰ ਦੱਸ ਦੇ ਉਹ ਮੇਰੇ ਮੂਹਰੇ ਆਈ ਜਾਂਦੀਆਂ ਨੇ ਫਿਰ ਜੇ ਤੇਰੇ ਪਿਓ ਤੋਂ ਜਾਂ ਮਾੜਾ ਮੋਟਾ ਤੁਹਾਡੇ ਤੇ ਲੁਕਾਉਂਦੀ ਸੀ ਆਹ ਦੇਖ ਲਾ ਕਿੱਡੀ ਗਲਤੀ ਮੇਰੇ ਅੱਜ ਸਾਰਿਆਂ ਦੇ ਸਾਹਮਣੇ ਆਈ ਆ ਉਹਦੀ ਆਪਾਂ ਘਰੇ ਤਾਂ ਬੈਠੀ ਆ ਬਾਪੂ ਨੂੰ ਜਿਹੜੇ ਰੋਜ਼ ਹੀ ਥਾਣੇ 'ਚ ਚੱਕਰ ਲਾਉਣੇ ਪੈਂਦੇ ਨੇ ਧੰਨ ਹੈ ਵਿਚਾਰਾ ਚੱਲ ਕੀ ਬਣੂਗਾ ਪੁੱਤ ਮੈਨੂੰ ਤਾਂ ਹੁਣ ਡਰ ਲੱਗੀ ਜਾਂਦਾ ਹੈਗਾ ਥਾਣੇਦਾਰ ਸੀ ਉਹਦੀ ਚੈਨ ਆਵੇ ਉਹ ਮੈਂ ਇਹਦਾ ਸਮਾਨ ਲੈ ਲਿਆ ਹਾਂ ਮੈਂ ਉਹਨੂੰ ਦੇ ਆਇਆ ਮੈਂ ਪ੍ਰਗਟ ਹਾਂ ਉਹਦਾ ਸਮਾਨ ਲਾ ਕੇ ਮੈਂ ਲਾ ਲਿਆ ਯਾਰ ਬਈ
ਤੇਰੇ ਕੋਲ ਇਹ ਨਹੀਂ ਪਏ ਹੁਣ ਹੈ ਕੋਈ ਲਾਉਦੀ ਕਰਦੀ ਆ ਕਿੱਥੇ ਘਰੇ ਵੀ ਗਈ ਸੀ ਹੁਣ ਬਈ ਯਾਰ ਕੋਈ ਮੈਨੂੰ ਦੇ ਦੋ 3000 ਰੁਪਏ ਮੈਂ ਉਹਨੂੰ ਪੈਸੇ ਦੇ ਕੇ ਚੈਨ ਲੈਣਾ ਤਾਂ ਮੈਂ ਉਹਨੂੰ ਫੋਨ ਲਾਉਣਾ ਕਹਿਣਾ ਉਹਨੂੰ ਵੇਚੀ ਨਾ ਚਲੋ ਆ ਕੀ ਕੰਮ ਹੋ ਗਿਆ ਫੋਨ ਲਾਉਣਾ ਹੈਲੋ ਬੰਦਾ ਹੀ ਜਾਂਦਾ ਤੇ ਫੋਨ ਹੁਣ ਹੈਲੋ ਹਾਂ ਬੰਦ ਹੀ ਜਾਂਦਾ ਵਟਸਐਪ ਤੇ ਮੈਸੇਜ ਕਰ ਦਿੰਦਾ ਉਹਨੂੰ ਹੈਲੋ ਭਾਈ ਮੈਸੇਜ ਕਰਤਾ ਪੜ ਲੂਗਾ ਸਵੇਰੇ ਜਾਊਂਗਾ ਕਰਦਾ ਇੰਤਜ਼ਾਮ ਪੈਸਿਆਂ ਦਾ ਉਹ ਚੰਨੀ ਤੂੰ ਐਵੇਂ ਟੈਨਸ਼ਨ ਨਾ ਲੈ ਇਹੋ ਜਿਹਾ ਪੁਲਿਸ ਵਾਲੇ ਦਾ ਪਤਾ ਨਹੀਂ ਕਿੰਨੀਆਂ ਕਿਤੇ ਬਦਲੀ ਕਰਾਤੀ ਨਾਲੇ ਤੈਨੂੰ ਪਤਾ ਹੈ ਚਿੱਟੇ ਦਾ ਵਪਾਰ ਕਰਨਾ ਕਿਹੜਾ ਕੋਈ ਸੌਖੀ ਗੱਲ ਹੈਗੀ ਲੱਖਾਂ ਕਰੋੜਾਂ ਰੁਪਏ ਦਾ ਵਪਾਰ ਹੈ ਤੂੰ ਐਵੇਂ ਪ੍ਰਵਾਹ ਨਾ ਕਰ ਤੂੰ ਜਾ ਕੇ ਨਾ ਆਰਾਮ ਨਾਲ ਸੌਂ ਜਾ ਕਰੇ ਤੈਨੂੰ ਲੋੜ ਨਹੀਂ ਟੈਨਸ਼ਨ ਲੈਣ ਦੀ ਇਹ ਵੀ ਉਹ ਟੈਨਸ਼ਨ ਲਈ ਜਾਂਦਾ ਵਾਧੂ ਦੀਆਂ ਡਾਕਟਰ ਸਾਹਿਬ ਕਾਹਦੀ ਟੈਨਸ਼ਨ ਆ ਉਹ ਕਹਿੰਦੇ ਹੁੰਦੇ ਜਦੋਂ ਲਾਦ ਮਾੜੀ ਹੋਵੇ ਨਾ ਸਾਰਾ ਕੁਛ ਉਹਦੀ ਹੁੰਦਾ ਅੱਛਾ ਹਾਂ ਪਹਿਲਾਂ ਨਸ਼ੇ ਕਰਦਾ ਸੀ ਮੁੰਡਾ ਹੁਣ ਚੋਰੀਆਂ ਤੇ ਵੀ ਉਤਰਿਆ ਅੱਜ ਕਿਸੇ ਪੁਲਿਸ ਵਾਲੀ ਕੁੜੀ ਦੀ ਚੈਨ ਪੱਟ ਕੇ ਲੈ ਗ
आखिर मेहना हो जाता ना भाई का हो जाता बड़ा आजे जाने हजे कहना शर्म हैगी उठना ना हो तेरी वजह करके की हाल हो जाए तुसी जाने हजे कहना शर्म है तेनो हजे कहना तेन शर्म है की हो गया ल की हो गया हजे आए पूछे खो थी नी ना की करके तू तेरे नाल के आए सी हां ओ फिर के ना चाय पानी पियान दे बैठा ओ नाल के नी रुट जाने खाने तो आए सी कौन है ये नशा जरूर कर चोरी चोरी नहीं कर दी छाला कि चनी मेनू नी बढ़ाई यार कमाल करी जाने मेनू कदों बढ़ाई तू नींद चढ़ी हुई है नींद आई जी मर जा रिश्ते भानी मार दुरुन दाज मंग दे सिट पे आई अंदर मैं ओकी आदागा बे आवा तवा भाई किसी बोलने की अकल सुरत नहीं।
शर्म हुंदी है पुत्त इन्हां नूं। तू किथे सौं गया? मैं तां अंदर सिट्टे ही मंजे ते परां। दिमाग फट जांदा गा। आ पै बोतल लवाई। की हो गया बापू? कुछ नहीं पुत्त, मैं डॉक्टर कोल घरे आया सी, ओ दुकान ते है नहीं सी, मैं चल गोली ले लैना कोई। ये कहंदा कि ब्लड बड़ा घट है पया, बोतल लानी पऊगी। बस होर की गल नहीं, मैं आके मैं चल बोतल ला। बापू तेरा तो बोतल लाए तो सर जूगा, ओ कंजर ने साडा लहू पी रखया। हो क्यों गया पुत्त? ओ तो ऐ नहीं पता है कि जेड़े हिसाब नाल इन्ने नशे च सानू ही ना मार दे हो। चल पुत्त कोई नहीं, मैंने तेज कर लेना, होर लवा के 10-15 मिनट ही। कानू तेज करनी है बापू, चक्कर चुक्कर आ जांदा हुंदा, कोई ना लवा ला। सानू तो दस्सियो दा माड़ा मोटा। मैनू की पता, मैं गोली लैण आया सीगा, मैं चल गोली लेके 5-10 मिनट ही मुड़े आऊंगा। मैनू पता इन्ना टाइम लग जाए तो। सानू मासी ने दस्सिया, कहंदी इधर नु बढ़दा देखिया सीगा बापू तेरा। सानू सोच हो गई, पता नहीं बापू किधर चल गया। आ गया करे, ओ आ गया पे अंदर। चलो कोई नहीं, तुसी ओदा की पता की घर चक के भेजदे, तुसी घरे जाओ, मैं आउणा कोई 10-20 मिनट। बापू नु कोई होश नहीं हैगी। अच्छा हां, तो फिर भी भाग जाओ, पक्की पता तवारी नहीं मानदा मैं तो। चंगा बापू, ध्यान नाल आई, थोड़ी थोड़ी आई, कई बार चक्कर आ जांदा। देख ला मां, बापू भी टेंशन ले गया। और पुत्त एदी वजह नाल दाखल होया पेगा। कोई जिंदगी है बापू दी, हुण ओदा आराम करन दा टाइम आ। जेडे टाइम बेचारा हस्पतालां च तुरया फिरदा है, सुख दा की देणा सी पुतले नूं, दुख दित्ते आ जिन्ने दित्ते आ ने। जे माड़ा मोटा लंबा हुंदा फिर पता नहीं की करदा, ऐसा रब ने रखिया ही उत्थे का। की करीए दा, की करना? पानी पूनी दी बाल्टी डेक दिंदी किते, सुत्ता पिया रहे जे। आउंदा ਪੜੇ ਤੋਂ ਫੜੇ ਵਾਲਾ ਬੇ ਸ਼ਰਮ ਆਉਂਦੀ ਆ। ਕੀ ਹੋ ਗਿਆ? ਹੋਇਆ ਕੀ ਨਹੀਂ ਐ ਪੁੱਛ। ਹਾਂ ਦੱਸ ਕੀ ਹੋਇਆ ਕੀ? ਹੋਰ ਤੇਰੀ ਸੁਰਤ ਹੈਗੀ ਆ, ਪਹਿਲਾਂ ਤਾਂ ਐ ਦੱਸ ਦੇ। ਐ ਕਰ ਮਾਂ ਮਾਂ, ਐ ਕਰੀ ਮੈਨੂੰ ਪਾਣ ਸੁੱਕ ਗਈ। ਲੈ ਹਜੇ ਕਸ ਰਹਿ ਗਈ। ਉਹ ਮੋਬਾਈਲ ਮੇਰਾ ਫੁੱਟ ਗਿਆ ਸੀ, ਉਹ ਮੋਬਾਈਲ ਅੱਗ ਲੱਗੇ ਤੇਰੇ ਮੋਬਾਈਲ ਨੂੰ, ਅੱਗ ਲੱਗ ਜੇ। ਜਿਹੜੇ ਮੋਬਾਈਲਾਂ ਨੇ ਤੈਨੂੰ ਵਿਗਾੜਿਆ, ਤੈਨੂੰ ਛੋਟੇ ਹੁੰਦੇ ਨੂੰ ਮੋਬਾਈਲ ਲੈਤਾ ਨਾ ਜੀ ਮਾਂ ਨੇ, ਤਾਂ ਦਿਨ ਦੇਖਣੇ ਆਏ ਨੇ। ਕੰਜਰਾ ਤੂੰ ਤਾਂ ਮਾਂ-ਬਾਪ ਨੂੰ ਵੀ ਵੇਚਦੇ ਹੁਣ, ਮੈਨੂੰ ਐ ਲੱਗਦਾ ਹੈਗਾ। ਉਹ ਨਹੀਂ ਵੇਚਦਾ, ਸਾਡੇ ਮਾਰਦਾ ਗੋਲੀ 500 ਰੁਪਏ ਦੇ, ਮੋਬਾਈਲ ਫੜ ਕੇ ਲਾਉਣਾ ਮੈਂ। ਪੰਜ ਤਾਂ ਗੋਲੀ ਮਾਰ ਨਾ, ਐ ਕਿ ਮੈਂ ਮਾਰਨਾ ਫੜਾਇਆ ਸੀ 500, ਇੱਧਰ ਬੁੱਥਾ ਕਰ ਮੇਰੇ ਨੇ, ਮੇਰੀ ਗੱਲ ਸੁਣ ਲੈ ਨਾਲੇ। ਹਾਂ ਨਾ, ਹੁਣ ਗਰਮੀ 'ਚ ਸੁੱਤਾ ਪਿਆ ਆ, ਪੱਖਾ ਅੰਦਰ ਜ਼ਰੂਰੀ ਸੀ, ਉਹ ਤਾਰ ਕੇ ਵੀ ਵੇਚਦਾ ਤੇ ਬੇਸ਼ਰਮ ਨੇ, ਤੇਰੀ ਉੱਤਰ ਜੇ ਸ਼ਰਮ ਤੇਰੀ। ਉਹ ਦੁਕਾਨ ਤੇ ਰੱਖਿਆ ਹੋਇਆ ਠੀਕ ਕਰਨ, ਇਹਨੂੰ ਬੜਾ ਪੱਖਾ ਅੱਗ ਲੱਗੀ ਸੀ ਇਹਨੂੰ, ਅੱਗ ਦਾ ਪੱਖਾ ਚੱਕ ਲੈਣਾ ਮੈਂ 500 ਦੇ। ਹੈ ਨਹੀਂ ਮੇਰੇ ਕੋਲੇ। ਗੱਲ ਸੁਣ ਲੈ ਬੰਦਿਆਂ ਵਾਲੀ, ਬਕਵਾਸ ਜੀ ਕਰਨ ਦੀ ਲੋੜ ਨਹੀਂ ਬਾਪੂ, ਪਹਿਲਾਂ ਹੀ ਦਾਖਲ ਆ, ਤੇਰੀ ਟੈਨਸ਼ਨ ਲਈ ਹੋਈ ਆ, ਜੇ ਬਾਪੂ ਨੂੰ ਕੁਝ ਹੋ ਗਿਆ ਨਾ ਸਾਹਬ ਲਾ ਲਈ। ਫਿਰ ਬਾਪੂ ਨੂੰ ਮੈਂ ਛੁੱਟੀ ਦਵਾ ਲੈਣਾ ਲੱਗ ਪੈ ਜਾਂਦਾ। ਹਾਏ, ਅਸੀਂ ਤਾਂ ਵੀ ਦਵਾ ਲਾਂਗੇ, ਸਾਨੂੰ ਤੇਰੇ ਤੇ ਕੀਚ ਕੀ ਰਹਿ ਗਿਆ ਹੁਣ। ਦੇ ਇਹਨੂੰ ਮੈਂ ਕਿ ਡਾਕੇ ਮਾਰਦਾ? ਡਾਕੇ ਮਾਰੇ ਨੇ ਤੈ, ਮਾਰੇ ਨਹੀਂ ਡਾਕੇ, ਚੈਨ ਦੇ ਅਗਲੇ ਦਿਖੋ ਕੇ। ਮੈਂ ਨਹੀਂ ਲੈ, ਉਹ ਨਾਮ ਲਈ ਜਾਂਦੇ ਆ। ਅੱਛਾ ਦੇਖ ਲੈ, ਨਾਮ ਲਈ ਜਾਂਦੇ, ਹਜੇ ਕਿਹੜਾ ਮੰਨਦਾ ਗਾ। ਤੈਨੂੰ ਨਾ ਕਿ ਇਹ ਮਾਂ ਸਨੇਹਾ ਲਾ ਉਹਨਾਂ ਨੂੰ ਕੋਈ ਕਿਸੇ, ਡੁੱਬ ਜਾ ਮੁਸਕਿਆ ਜਾ। ਏ ਮਾਂ ਸਨੇਹਾ ਲਾ ਦੇ ਪੁਲਿਸ ਨੂੰ, ਪਰਾਂ ਲੈ ਜੂਗੀ ਚੱਕ ਕੇ ਇਹਨੂੰ। ਫੋਨ ਫੋਨ ਤਾਂ ਤੇਰੇ ਪਿਓ ਕੋਲੇ ਆ। ਹਾਏ ਵੇ ਰੱਬਾ ਵੇ, ਬੜਾ ਸਿਆਪਾ ਛੜਿਆ ਜਾਨ ਨੂੰ। ਜਾਨੇ ਉਹ ਆ ਗਈ। ਕਿੱਥੇ ਬਈ ਜਾਨੇ, ਕਿੱਥੇ ਆ? ਡਾਕਟਰ ਦੇ ਦਾਖਲ ਆਈ ਤੇ ਚੰਨੀ ਆਏ ਹੈ। ਹੋ ਗਿਆ ਫੋਨ ਨਹੀਂ ਕੀਤਾ? ਫੋਨ ਤਾਂ ਜੀ ਸਾਡੇ ਕੋਲ ਹੈ ਨਹੀਂ ਸੀ, ਫੋਨ ਬਾਪੂ ਕੋਲ ਹੀ ਆ। ਉਹ ਦੱਬਿਆ ਤਾਂ ਕੋਲੋ, ਮੈਂ ਤੁਹਾਨੂੰ ਦੱਸਾਂ ਤੂੰ ਰਲੀ ਵੀ ਆਉਂਦੇ, ਮੈਨੂੰ ਕੀ ਪਤਾ ਸੀਗਾ ਜੀ ਇਹ ਜੀ ਕੋਈ ਗੱਲ ਨਹੀਂ, ਅਸੀਂ ਤਾਂ ਆਪ ਉਹ ਤੋਂ ਦੁਖੀ ਹੋਏ ਪਏ। ਤੇ ਦੁਖੀ ਹੋਈਏ ਤੂੰ ਦੱਸ ਦਿੰਦੀ, ਮੈਂ ਫੜ ਕੇ ਥਾਣੇ 'ਚ ਕਰ ਦਿੰਦਾ ਉਹਨੂੰ। ਦੱਸਣੀ ਲੱਗੇ ਸੀ ਜੀ, ਪਤਾ ਨਹੀਂ ਕਿਹੜੇ ਵੇਲੇ ਮੋਰ ਨਹੀਂ ਪਹਿਲਾਂ ਪਾਉਂਦਾ, ਭੱਜ ਗਿਆ। ਅਸਾਂ ਫੋਨ ਵੀ ਕਰਨਾ ਸੀ, ਸਾਡੇ ਕੋਲ ਤਾਂ ਫੋਨ ਹੀ ਨਹੀਂ ਸੀ। ਦੱਸੀ ਤਾਂ ਫੋਨ ਹੀ, ਉਹੀ ਗੱਲ ਹੈ ਤੇ ਪਿਓ ਢਿੱਲਾ ਕਰਦਾ ਖਲੇਗਾ, ਉਹਦੇ ਉਸੇ ਕੋਲ ਹੀ ਫੋਨ ਆ, ਸਾਡੇ ਕੋਲ ਤਾਂ ਹੋਰ ਫੋਨ ਵੀ ਹੈ ਨਹੀਂਗਾ। ਨਾਲੇ ਤੁਸੀਂ ਤਾਂ ਜੀ ਹੁਣ ਚੱਲ ਜਾਂਦੇ, ਉਹ ਤੋਂ ਬਾਅਦ ਉਹਨੇ ਫੇਰ ਆ ਕੇ ਸਾਨੂੰ ਤੰਗ ਕਰਨਾ। ਆਇਆ ਕਿਵੇਂ ਆ ਜਾਂਦਾ?
बापू तो साडा दाखल आ जे नहीं यकीन हुंदा तुहानू दिखा लिया होने आ राह भी लग गया ना जिन्ना मर्जी कुट्टियो असि नहीं कहते मैडम जी मां प्यो भी जवाकां दा बुरा हाल करदे आगे उनू किसे रस्ते नहीं पौंदे हैगे नहीं नहीं साहब जी असि तां फोन करदे पर की करिए साडी मजबूरी होगी एह जी कड़ी मजबूरी होगी ए क्या दसणगे इनां तो करे लेला चीजां दंदा ओ नहीं नहीं एह जी कोई गल नहीं जी नहीं मैडम एह जी कोई गल नहीं मां तो क्यों रोनी आ जे अपना माड़ा तां हरेक कोई आके आपां नूं बोल जांदा आ देख ला हुण पता भी नहीं लगन दिता केड़े वेले भज गए मैं तां इशारे ही करदी रह गई मैं तो सुनू ऐ कह दी सीगी हुण ब्याह कढ़ा के दे जूगी विचोलन आपां रीड़ा कपड़ा आपदा पाचे मुचे बना लेने ते खरीद लेंगे चल देख लेने आ मारते कोल जा जा साजी पैसे ले आ नाले सोने वाले कोले जा आई तू सनेरे कोले चल फिर मैं जाई आउणा अज होर हुण होर आने ले आवांगे फिर तैनू पता ही है काम आ गई दी ये तां होर भैणे हां भैणे सत श्री अकाल होटल ठीक है हां हां बस ठीक चल आ गई आपां इसनू नाल ले मैं तो थोड़े ना एक गल करन आई सी ਕਿਵੇਂ ਨਾ ਸੁੱਖਾ ਠੀਕ ਠਾਕ ਖੈਰ ਸੁੱਖ ਕਾਦੀ ਆ ਭਾਈ ਹੁਣ ਕੁੜੀਆਂ ਹਾਂ ਮੁੰਡੇ ਵਾਲਿਆਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਕਿ ਤੁਹਾਡਾ ਮੁੰਡਾ ਨਸ਼ੇ ਕਰਦਾ ਗਾ ਪਤਾ ਨਹੀਂ ਕਿਹੜੇ ਕੰਜਰ ਦਾ ਬੇੜਾ ਬੈਠਿਆ ਮੈਂ ਤਾਂ ਇੰਨੀ ਓਲ ਰੱਖ ਕੇ ਰਿਸ਼ਤਾ ਕਰਾਇਆ ਭਾਈ ਫਿਰ ਮੁੰਡਾ ਕਰਦਾ ਨਸ਼ੇ ਤੂੰ ਤਾਂ ਹੀ ਕਰਦੀ ਹਾਂ ਫਿਰ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਹੈਗਾ ਜਿਹਨੇ ਆਹ ਆਪਣਾ ਕੁੜੀ ਲੈਣੀ ਤਾਂ ਅਗਲਾ ਅੱਗਾ ਪਿੱਛਾ ਦੇਖ ਕੇ ਹੀ ਉਹ ਕਰਦਾ ਨਾ ਇੰਨੀ ਗੱਲ ਹੀ ਕਹੀ ਹੈ ਵੀ ਨਸ਼ਾ ਕਰਦਾ ਕਹਿੰਦੇ ਭਾਈ ਉਹਨਾਂ ਨੇ ਨਾ ਬਈ ਕਿਵੇਂ ਦੱਸਾਂ ਮੈਂ ਤਾਂ ਦੱਸਿਆ ਵੀ ਨਹੀਂ ਜਾਂਦਾ ਹੈਗਾ ਜੈਨ ਦਾ ਸ਼ਰਮ ਆਉਂਦੀ ਆ ਮੇਰਾ ਦਿਲ ਜਾ ਖੁਸੀ ਜਾਂਦਾ ਦੱਸੋ ਕੀ ਗੱਲ ਹੋ ਰਹੀ ਹੈ ਤਾਂ ਮੈਨੂੰ ਪਤਾ ਲੱਗਿਆ ਮੇਰਾ ਆਪਦਾ ਖੁਸੀ ਜਾਂਦਾ ਮੈਂ ਤਾਂ ਰਿਹਾ ਨਹੀਂ ਗਿਆ ਹੈਗਾ चल कोई ना भेने मेरी गल सुन तू दिल हौला ना कर ए नहीं ता होर सही के मुंडे केड़ा मर गए दुनिया ते जवाब दे गया आप अगले कहदांगे संता भाई मुंडा पसंद नहीं सी मुंडा नशे करदा क्यों ना मैं चलनी आ जी मैनूं माड़ा काम आ मैं ब्याह जाना सीगा चुप बैठा कोई मर गया तो मानना कि मरना तू हो कड़ा मर इथे आके आजूगा मैं क्यों मरा मेरे मरन सुसुन शर्म हैगी इहनू तेरी वजह रिश्ता टूट गया कुड़ी का ग्यारवां दस पहला बाप
ਬਸ ਇਹਨੂੰ ਮਾਰਨਾ ਇਹ ਮਰਿਆ ਤਾਂ ਪਿਆ ਆ ਇਹ ਇਹਨੂੰ ਕੀ ਮਾਰੇਗਾ ਇਹਨੂੰ ਕੀ ਮਾਰੇਗਾ ਮਰਿਆ ਤਾਂ ਪਿਆ ਰੁੜ ਜਾਣਾ ਸਾਰਿਆਂ ਨੂੰ ਮਾਰ ਰੱਖਿਆ ਕਿੰਨਾ ਪਤਾ ਲੱਗੇ ਨਾ ਬਾਤ ਆ ਕੀ ਕਰਦਾ ਕੀ ਨਹੀਂ ਕਰਦਾ ਕਿਤੇ ਉਹਦੀ ਚੋਰੀ ਕਰ ਲਈ ਕਿਤੇ ਉਹਦੇ ਘਰੇ ਵੜ ਗਿਆ ਕਿਤੇ ਉਹਦੇ ਘਰੇ ਨਿਕਲ ਗਿਆ ਆਹੀ ਕੰਮ ਰਹਿ ਗਿਆ ਅਜੇ ਕਹੂੰ ਮੈਂ ਕੀ ਕਰਿਆਗਾ ਉਹ ਮੇਰੇ ਕਰਕੇ ਨਹੀਂ ਦਿੱਤਾ ਤੇ ਉਹ ਇਲਜ਼ਾਮ ਲਾਈ ਜਾਂਦੇ ਮੇਰੇ ਕਰ ਆਹੋ ਹੋਰ ਕਿਹਦੇ ਕਰਕੇ ਟੁੱਟਿਆ ਸਾਡੇ ਕਰਕੇ ਟੁੱਟਿਆ ਹੋਊਗਾ ਰੁੜ ਜਾਣਿਆ ਤੈਨੂੰ ਕਿਤੇ ਖੜਨ ਬੈਠਣ ਦੀ ਹੋਸ਼ ਤਾਂ ਹੈ ਨਹੀਂ ਹਜੇ ਤੂੰ ਬੋਲਣ ਨੂੰ ਮਰਦਾਗਾ ਕੁੱਤਾ ਖਲੈਣਾ ਮੇਰੇ ਕਰਕੇ ਰਿਸ਼ਤਾ ਟੁੱਟ ਗਿਆ ਤੇ ਹੋਰ ਕਿਹਦੇ ਕਰਕੇ ਜੇ ਮਾੜੀ ਮੋਟੀ ਹੈਗੀ ਨਾ ਜਾ ਕੇ ਨਹਿਰ ਚ ਮਾਰ ਛਾਲ ਮਰ ਜਾ ਕਿਸੇ ਪਾਸੇ ਜਾ ਬਾਪੂ ਐਂ ਕਿਉਂ ਕਹਿੰਦੇ ਹੋ ਕੀ ਕਹਾਂ ਇਸੀ ਵਜ੍ਹਾ ਨਾਲ ਹੋ ਜਾਂਦਾ ਜਿਹੜਾ ਕੁਝ ਹੋ ਜਾਂਦਾ ਮੈਂ ਤਾਂ ਐਂ ਕਹ ਤੂੰ ਮੇਰੇ ਕੁੜ ਕੋਈ ਹੈ ਗੱਲੀ ਫਿਰ ਵੀ ਭਰਾ ਹੈ ਬਾਪੂ ਉਹ ਭਰਾ ਫਿਰ ਭਰਾ ਬਣ ਕੇ ਰਹੇ ਨਾ ਮੇਰੇ ਕਰਕੇ ਮੇਰੀ ਭੈਣ ਦਾ ਰਿਸ਼ਤਾ ਟੁੱਟ ਗਿਆ ਵੱਡਣ ਜੋਗ ਰਿਹਾ ਰਿਸ਼ਤਾ ਟੁੱਟ ਗਿਆ ਤੇਰੀ ਵਜ੍ਹਾ ਨਾਲ ਹੁੰਦਾ ਹੱਕ ਨਹੀਂ ਤੂੰ ਮਰ ਜਾ ਜੇ ਤੂੰ ਪਾਪ ਦੀ ਭੈਣ ਨੂੰ ਪਿਆਰ ਕਰਦਾ ਤਾਂ ਮਰ ਜਾ ਫਿਰ ਰਿਸ਼ਤਾ ਆਊਗਾ ਇਹ ਦੁਨੀਆ ਕਲੈਣੀ ਆ ਜੇ ਮੈਂ ਨਜ਼ਾ ਕਰਦਾ ਮੇਰੀ ਭੈਣ ਦਾ ਕੀ ਕਸੂਰ ਆ ਇਹ ਗੱਲ ਤੂੰ ਯਾਦ ਰੱਖ ਲਾ ਬਾਰੀ ਬਾਰੀ ਇੱਕ ਗੱਲ ਦਿਮਾਗ ਤੇ ਘੁਮਾਈ ਜਾ ਅਲਵਿਦਾ ਕਹਿ ਦੇ ਅਲਵਿਦਾ ਕਹਿ ਦੇ ਸ਼ਰਮ ਨੀ ਮੰਨਦਾ ਹੈਗਾ ਭੋਰਾ ਵੀ ਜਦੋਂ ਆਊਗਾ ਡੱਕਿਆ ਆਊਗਾ ਦੇਖ ਕੇ ਗੇੜਾ ਲੈ ਮੈਂ ਕੀ ਕਰਤਾ ਨਾ ਪਤਾ ਲੱਗੇ ਨਾ ਵਾਹ ਤਾਂ ਦੇਖ ਕੇ ਗੇੜਾ ਮੁੜ ਜੂ ਲੈ ਸਮਝ ਨੀ ਆਉਂਦੀ ਨਾ ਬੰਦਾ ਬਾਹਰ ਜਾ ਜੋਗਣਾ ਰਿਸ਼ਤੇਦਾਰੀ ਜਾਣ ਜੋਗਰਾ ਕਿਤੇ ਨੀ ਬੰਦਾ ਖੜਨ ਜੋਗਰਾ ਕਿੱਥੇ ਜਾ ਕੇ ਅਗਲੇ ਦੀ ਗੱਲ ਛੇੜ ਲੈਂਦਾ ਕੀ ਜਵਾਬ ਦੇ ਕੇ ਆ ਕੇ ਬਿਛਾਨੀ ਪਾ ਕੇ ਭੈਣ ਜ਼ਿੰਦਗੀ ਇਹਦੀ ਤਾਂ ਖਰਾਬ ਹੋਣੀ ਸੀ ਸਾਡੀ ਆਪਦੀ ਵੀ ਖਰਾਬ ਆ ਮਰਿਆਂ ਨਾਲ ਵੀ ਭੇੜੀ ਸਾਡੀ ਆਪਦੀ ਵੀ ਭੈੜੀ ਭੈੜੀ ਆ ਨਾ ਕਿਸੇ ਕੋਲ ਖੜਨ ਜੋਗ ਰਹੇ ਨਾ ਕਿਸੇ ਕੋਲ ਬੈਠਣ ਜੋਗ ਰਹੇ ਇਹਨੇ ਤਾਂ ਸਾਰੇ ਮਾਰਤੇ ਇਕੱਲੇ ਜਾਣੇ ਨੇ ਉੱਥੇ ਚੋਰੀ ਕਰਦਾ ਸੀ ਉੱਥੇ ਫੜਿਆ ਗਿਆ ਬਸ ਆਹ ਗੱਲ ਆ ਗਈਆਂ ਬੰਦਾ ਮਰੂਗਾ ਹੋਰ ਕੀ ਕਰੂਗਾ ਮੈਂ ਤਾਂ ਰੱਬ ਨੂੰ ਕਹਿਣਾ ਚੱਲ ਇਹਨੂੰ ਤੂੰ ਕਹਿ ਇਹਨੂੰ ਕਹੇ ਮਰ ਜਾ ਮੈਂ ਕਹਿੰਦਾ ਮੈਨੂੰ ਚੱਕ ਲਿਆ ਮੈਂ ਤਾਂ ਮੈਂ ਹੀ ਮਰ ਜਾ ਪਰ ਸੁਣਨਾ ਤਾਂ ਨਾ ਪੂ ਨਾ ਕੁਛ ਨਾ ਕੁਛ ਇਹੀ ਗੱਲਾਂ ਕਿਉਂ ਕਰਦਾ ਪਰ ਇਹਦੀ ਇਲਾਜ ਤੋਂ ਕਰਾਉਣਾ ਵੀ ਕੀ ਆ ਸੁੱਖ ਤਾਂ ਕਦੇ ਦਿੱਤਾ ਨੀ ਜਿੰਨੇ ਦਿੱਤੇ ਦੁੱਖ ਹੀ ਦਿੱਤੇ ਆ ਬਾਪੂ ਜੀ ਮਾੜੀ ਮੋਟੀ ਸ਼ਰਾਬ ਪੀਂਦਾ ਹੁੰਦਾ ਤਾਂ ਛੱਡ ਦਿੰਦਾ ਹੁਣ ਉਹਦੇ ਵੀ ਬਸ ਤੋਂ ਬਾਹਰ ਆ ਪਾਣੀ ਲਿਆ ਕੇ ਦੇਣੇ ਤੇਰੇ ਬਾਪੂ ਨੂੰ ਚਿੱਟਾ ਪਿੰਡਾ ਨਹੀਂ ਛੱਡਿਆ ਜਾਂਦਾ ਬਹਿ ਜੇ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਮੇਰੇ ਭਰਾ ਨੂੰ ਵਿਗਾੜਿਆ ਇਹਦਾ ਬੋਲੀ ਜਾਂਦਾ ਇਹਦਾ ਪਤਾ ਆ ਪੁੱਤ ਇਹ ਟੋਨ ਜੀ ਵਧਾਉਣ ਵਾਲੀ ਪਤਾ ਨਹੀਂ ਲੱਗਦਾ ਕਈ ਵਾਰੀ ਹੈਲੋ ਕਿੱਥੇ ਜੀ ਆ ਗਿਆ ਜੀ ਕਿਹਦਾ ਫੋਨ ਸੀ ਉਹ ਨਹੀਂ ਆ ਕੇ ਦੱਸਦਾ ਤੁਹਾਨੂੰ ਮੈਂ ਕੀ ਹੋ ਗਿਆ ਇਹ ਜੀ ਵਾ ਗਿਆ ਚੁੱਪ ਜੇ ਕਰਕੇ ਕੀ ਕੰਮ ਹੋਣਾ ਕੋਈ ਨਾ ਮੈਂ ਤਾਂ ਚੰਦਰੇ ਦੀ ਘਬਰਾਹਟ ਆਉਂਦੀ ਰਹਿੰਦੀ ਆ ਕਿਤੇ ਹੋਰ ਨਾ ਕੋਈ ਕਾਰਾ ਕਰਤਾ ਹੋਵੇ ਹੋਰ ਨਾ ਕੋਈ ਨਵੀਂ ਚੋਰੀ ਕਰਤਾ ਹੋਵੇ ਹੋਰ ਨਾ ਕਿਤੇ ਡਿੱਗਿਆ ਪਿਆ ਹੋਵੇ ਗਾਲਾਂ ਤਾਂ ਦਿੰਦੇ ਆ ਗਏ ਉਹਨੂੰ ਲੈ ਪੁੱਤ ਉਹੀ ਗੱਲ ਤੇਰੇ ਬੰਨੀ ਦਾ ਧਿਆਨ ਨਹੀਂ ਹੈਗਾ ਉਹਦੇ ਬੰਨੀ ਧਿਆਨ ਰਹਿੰਦਾ ਉਹਦੇ ਲਾਂਭਿਆ ਤੇ ਮਰ ਡਰਦੇ ਆ ਸਾਰਾ ਦਿਨ ਉਹ ਤਾਂ ਮਰ ਗਿਆ ਵੇ ਸੋਚਣ ਵੇਲੇ ਤਾਂ ਤੂੰ ਸੋਚਿਆ ਨੀ ਹੁਣ ਦੱਸ ਜੀ ਕੀ ਕਰਾਂਗੇ ਸਾਡੀਆਂ ਗੱਲਾਂ ਦਾ ਤੂੰ ਇੰਨੀ ਦੁੱਖ ਲੈ ਗਿਆ ਆਹ ਦੱਸ ਮੈਂ ਤੇਰੀ ਭੈਣ ਨੂੰ ਜਾ ਕੇ ਤੇਰੀ ਮਾਂ ਨੂੰ ਕੀ ਜਵਾਬ ਦਿਆਂਗਾ ਇਹਦੇ ਤਾਂ ਮੈਂ ਇੰਨੀ ਚੱਕ ਲੈਂਦਾ ਰੱਬਾ ਆਹ ਦਿਨ ਤਾਂ ਨਾ ਮਿਲਦਾ ਦੇਖਣ ਨੂੰ
ਉਹ ਐ ਪਤਾ ਹੁੰਦਾ ਮੈਂ ਤੈਨੂੰ ਲੈ ਕਹਿੰਦਾ ਤੂੰ ਤਾਂ ਸਾਡੀਆਂ ਗੱਲਾਂ ਦੀ ਦੁੱਖ ਲੈ ਗਿਆ ਖੜਾ ਹੋ ਉਹ ਕੀ ਕਹਗੇ ਖੜਾ ਹੋ ਗਿਆ ਜੀ ਖੜਾ ਹੋਣ ਜੋਗੇ ਤਾਂ ਰਹੇ ਨਹੀਂ ਆ ਦੇ ਤੁਸੀਂ ਵੀ ਇਹਨੂੰ ਭਾਲਦੇ ਹੁੰਦੇ ਜਾ ਲੈ ਜਾਓ ਜਾ ਕੇ ਹੁਣ ਇਹਨੂੰ ਕੀ ਮੱਥੇ ਮਾਰਨਾ ਸੀ ਮਰਿਆ ਦਾ ਪਿਆ ਇੱਥੇ ਇਹ ਨਸ਼ੇ ਵਾਲੇ ਐਂ ਮਰ ਜਾਂਦੇ ਹੁੰਦੇ ਆ ਪਹਿਲਾਂ ਤੂੰ ਗੌਰ ਨਹੀਂ ਕੀਤੀ ਉਹ ਗੌਰ ਕਿਉਂ ਨਹੀਂ ਕਰੀ ਜੀ ਗੌਰ ਬਥੇਰੀ ਕਰੀ ਆ ਉਹ ਬਲੈਕੀ ਨੂੰ ਜਾ ਕੇ ਫੜੋ ਨਾ ਜਿਹਦੇ ਕਰਕੇ ਮਰਿਆ ਹੁਣ ਇਹ ਕਿਹੜੇ ਬਲੈਕੀ ਨੂੰ ਜਿਹਨੇ ਮਾਰਿਆ ਨਸ਼ਾ ਦੇ ਦੇ ਕੇ ਜੀ ਤੇਰੇ ਕੋਲ ਕੀ ਸਬੂਤ ਹੈ ਸਬੂਤ ਸਾਡੇ ਕੋਲ ਕਾ ਦਿੰਦੇ ਇਹ ਸਬੂਤ ਹੁਣ ਐਸੀ ਨਾ ਜਾ ਕੇ ਉਹ ਕਰ ਲਗੇ ਜੀ ਰੌਲਾ ਦਾ ਸਬੂਤ ਮੈਂ ਕਰ ਸਬੂਤ ਲੈ ਕੇ ਆ ਨਾ ਪੁੱਠਾ ਟੰਗ ਦੇ ਉਹਨੂੰ ਮੈਨੂੰ ਮੇਰਾ ਨਾ ਬਲਟਾਈ ਮਾਰੀ ਜਾਂਦਾ ਇਹਨੂੰ ਹੁਣ ਲੈ ਜਾ ਕੇ ਫੂਕ ਦੇ ਇਹਨੂੰ ਹੁਣ ਮੈਂ ਕੀ ਕਰਾਉਣਾ ਤਾਂ ਦੱਸ ਲੋ ਉਸ ਨੂੰ ਇਹਦੇ ਵਿੱਚੋਂ ਕੀ ਨਿਕਲੂਗਾ ਹੁਣ ਦੱਸ ਪਹਿਲਾਂ ਦੇਣ ਵੇਲੇ ਤਾਂ ਦੱਸਿਆ ਨਹੀਂ ਵੀ ਭਾਈ ਘਰੇ ਫਿਰਦਾਗਾ ਉਹ ਤਾਂ ਬਾਥਰੂਮ ਚ ਨਿਕਲ ਨਿਕਲ ਭੱਜਦਾ ਹੁੰਦਾ ਸੀਗਾ ਉਦੋਂ ਕਹਿੰਦਾ ਹੁੰਦਾ ਸੀ ਕਿ ਮੇਰਾ ਬੇਦਖਲ ਲਿਖਾਇਆ ਹੋਇਆਗਾ ਤੇ ਉਦੋਂ ਕੀ ਨਿਕਲਣਾ ਨਹੀਂ ਨਿਕਲਦਾ ਹੁਣ ਵੀ ਨਹੀਂ ਕੁਛ ਨਹੀਂ ਨਿਕਲਦਾ ਤਾਂ ਕਿਤੋਂ ਵੀ ਨਹੀਂ ਹੁੰਦਾ ਉਹ ਸਬੂਤ ਮਿਲ ਜਾਂਦੇ ਸਾਰੇ ਨੂੰ ਫੜ ਲੈਂਦੇ ਸੀ ਹੋਰ ਕਾਹਦੇ ਵਾਸਤੇ ਫੜਦੇ ਹੁੰਦੇ ਸੀ ਅਸੀਂ ਕਿਹੜਾ ਇਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਲੈ ਕੇ ਜਾਂਦੇ ਹੁੰਦੇ ਆ ਇਹਨਾਂ ਤੋਂ ਉਲਗਾਉਂਦੇ ਹੁੰਦੇ ਆ ਵੀ ਇਹ ਨਾਂ ਨੂੰ ਲੈ ਦੇ ਕਿਸੇ ਦਾ ਲੈ ਜਾ ਹੁਣ ਇਹਨੂੰ ਚੱਕ ਕੇ ਫੂਕ ਦੇ ਉਹ ਅਸੀਂ ਤਾਂ ਲਿਜਾਵਾਂਗੇ ਜੀ ਸਾਨੂੰ ਸਰਦਾ ਨਹੀਂ ਹੁਣ ਫੂਕਣਾ ਹੀ ਪਊਗਾ ਜੋ ਨਾਲ ਜੰਮੀ ਹੈਗੀ ਪਹਿਲਾਂ ਸਮਝਾਉਂਦੇ ਨਹੀਂ ਹੁਣ ਕਿਹੋ ਕਰੀ ਹੈਲੋ ਬਾਈ ਬਾਈ ਉਹ ਬਾਈ ਕਿਹੜੀ ਮੈਂ ਤੈਨੂੰ ਚੈਨ ਵੇਚ ਕੇ ਕਹਿਣਾ ਉਹ ਅੱਗੇ ਵੇਚੀ ਨਾ ਯਾਰ ਬਾਈ ਮੈਂ ਬੜਾ ਕਸੂਤਾ ਫਸ ਗਿਆ ਬਾਈ ਜੇ ਇੱਕ ਵਾਰੀ ਮੈਨੂੰ ਕਾਲ ਲਾ ਦੇਣੀ ਤੁਸੀਂ ਕਿਵੇਂ ਚੁੱਪ ਜਾ ਬੈਠੇ ਹੁਣ ਨਾ ਤੁਸੀਂ ਚੁੱਪ ਬੈਠੋ ਲੈ ਹੁਣ ਆਪਾਂ ਨੂੰ ਇਨਸਾਫ਼ ਮਿਲ ਜੂਗਾ ਉਹ ਕਿਵੇਂ ਬਾਪੂ ਜੀ ਆ ਦੇਖੋ ਉਹਦੇ ਸਾਰਿਆਂ ਦਾ ਰਿਕਾਰਡਿੰਗਾਂ ਪੈਂਗੇ ਇਹਦੇ ਵਿੱਚ ਮੋਬਾਈਲ 'ਚ ਮੇਰਾ ਪੁੱਤ ਜਿਹੋ ਜਿਹਾ ਵੀ ਸੀਗਾ ਪੁੱਤ ਤਾਂ ਸੀ ਘਰ ਸੁੰਨਾ ਹੋ ਗਿਆ ਉਹਦੇ ਬਿਨਾਂ ਕਦੇ ਨਾ ਕਦੇ ਤਾਂ ਨਸ਼ਾ ਛੱਡ ਹੀ ਜਾਂਦਾ ਦੁੱਖ ਤਾਂ ਆਪ ਨੂੰ ਵੀ ਆਉਂਦੇ ਹੀ ਆ ਭਾਵੇਂ ਨਸ਼ੇ ਖਾਂਦਾ ਸੀ ਚੱਲ ਐਂ ਸੀਗਾ ਆਹ ਜੀ ਤਾਂ ਹੁੰਦੀ ਆ ਵੀ ਚੱਲ ਇੱਕ ਨਾ ਇੱਕ ਦਿਨ ਤਾਂ ਛੱਡ ਹੀ ਜਾਂਦਾ ਚੱਲ ਤੁਸੀਂ ਐਂ ਕਰੋ ਹੁਣ ਕਿਸੇ ਗੱਲ ਦੀ ਚਿੰਤਾ ਨਾ ਕਰੋ ਹੁਣ ਆਪਣੇ ਕੋਲ ਸਾਰੇ ਪਰੂਫ ਮਿਲ ਗਏ ਉਹ ਵੀ ਕਹਿੰਦਾ ਸੀ ਨਾ ਮੇਰਾ ਕੋਈ ਕੀ ਕਰ ਦੂਗਾ ਹੈਂ ਚਾਹ ਦੇਖ ਲਾ ਆਪਾਂ ਰਿਕਾਰਡਿੰਗਾਂ ਜਾ ਕੇ ਦਿਖਾ ਦਿਆਂਗੇ ਹੁਣ ਉਹਨੂੰ ਕੁਛ ਸਾਰੇ ਫੜ ਲੈਣਗੇ ਚੱਲ ਚੰਗਾ ਬਾਪੂ ਜੀ ਜੇ ਵੀਰੇ ਨੂੰ ਇਨਸਾਫ਼ ਮਿਲਦਾ ਆਪਾਂ ਨੂੰ ਹੋਰ ਕੀ ਚਾਹੀਦਾ ਨਾ ਮਿਲੂਗਾ ਪੱਤਾ ਮਿਲੂਗਾ ਕਿਉਂ ਨਹੀਂ ਮਿਲੂਗਾ ਜ਼ਰੂਰ ਮਿਲੂਗਾ ਜਦੋਂ ਆਪਣੇ ਕੋਲ ਐਡੀਆਂ ਤਕੜੀਆਂ ਰਿਕਾਰਡਿੰਗਾਂ ਪਈਆਂ ਇਹਨਾਂ ਦੇ ਨਾਲ ਦੇ ਨਾਲ ਫੜ ਲੈਣਗੇ ਪੁਲਿਸਾਂ ਦੇ ਪੁਲਿਸਾਂ ਦੇ ਕਦੇ ਛੱਡਣਗੇ ਪੁਲਿਸਾਂ ਦਾ ਸਬੂਤ ਚਾਹੀਦਾ ਹੁੰਦਾ ਐਡੇ ਐਡੇ ਤਕੜੇ ਸਬੂਤ ਪਏ ਸਾਰੇ ਇਹਦੇ 'ਚ ਅਤੇ ਹੁਣ ਵੀ ਨਾ ਫੜਨਗੇ ਫਿਰ ਕਦੋਂ ਫੜਨਗੇ ਉਹ ਨਾਲੇ ਉਹਦੀ ਆਕੜ ਭੰਨੀ ਜਾਊਗੀ ਕਹਿੰਦਾ ਮੇਰਾ ਕੀ ਕਰ ਦੋ ਕੋਈ ਜਿਹਨੇ ਲਾਤਾ ਜਿਹਨੇ ਲਾਤਾ ਮੇਰਾ ਪੁੱਤ ਆ ਰਾਹ ਪਾਤਾ ਜਿਹੜੇ ਨੇ ਉਹ ਗੱਲਾਂ ਹੁਣ ਛੱਡ ਲੱਗ ਗਿਆ ਲਵਾ ਗਿਆ ਜਿਹੜਾ ਕੁਛ ਹੋਣਾ ਸੀ ਹੋ ਗਿਆ ਗੱਲ ਤਾਂ ਉਹ ਜਿਹੜਾ ਆਪਾਂ ਨੂੰ ਪਰੂਫ ਮਿਲਿਆ ਆਪਾਂ ਇਹਦੇ ਬੰਨੇ ਧਿਆਨ ਦੇ ਅੱਗੇ ਹੁਣ ਹੁਣ ਮੈਂ ਪੁੱਤ ਜਾ ਕੇ ਆਉਣਾ ਬਾਲਾ ਰੋਲਾ ਨਾ ਪਾਓ ਚੁੱਪ ਕਰਕੇ ਲੰਘ ਜਾਓ ਆਹੋ ਮੈਂ ਜਾ ਹੀ ਆਉਣਾ ਭੱਜ ਕੇ ਆਹੋ ਆਪਾਂ ਨੂੰ ਨਾ ਅੰਦਰ ਕਲਾ ਕੇ ਛੱਡਾਂਗੇ
ठीक है वाहेगुरु, मेरे पुत्र इंसाफ मिल जे। हाल है जरा मैं कम भालता सी ना हूँ वो हो गया, हम तो रिकॉर्डिंग चाहिए सी, पुछा जाके मैं रिकॉर्डिंग दे दूंगा, हम मेरे पुत्रों इंसाफ मिल जूगा। वो कहते सी ना कोई ना कोई सानू प्रूफ चाहिए फिर तेरा कुछ करा, मैं हूँ उन्होंने प्रूफ भी दे दूंगा, हूँ वो निकलना नहीं चाहिए, हूँ मेरे पुत्रों इंसाफ मिल जूगा। हे परमात्मा हूँ तू भी मेरी मदद करी, हूँ मेरे पुत्रों इंसाफ जरूर मिलना चाहिए, जो हूँ भी ना मिले फिर नहीं मिलता, हूँ तो तू भी नाल मिले सच्चे पातशाह, हूँ देख ला हूँ आही मौका गा, हूँ ये मौका हथों जाना नहीं चाहिए, सारी रिकॉर्डिंग ये बिच आ, हूँ पुलिस वाले भी कुछ ना कुछ जरूर कर देंगे, वो कहते सानू कोई ना कोई प्रूफ दे, अज ये प्रूफ उन्होंने मैं जाके दिना तो मेरी परमात्मा भी सुनूगा तो वह भी सुन गए। चल फिर ली कहे जा कुछ अभी आ गया तू। हेलो, हाँ जी हाँ जी, अच्छा ठीक है ठीक है ठीक है, हाँ उन्होंने तो बदली हो गई जी मैडम जी, तो वो पूछो ना जी, वो जेड़ा ब्लैक ही है नहीं है वो तो पहुँच ही बड़ी दूर तक है, हाँ जी वो तो बदली कराती बड़े साहब जी, हूँ होर मैडम आई हुई है कोई देखो कितना बजे टिकती है इतने, वो आप कौन पूछता जी, ਤੁਹਾਨੂੰ ਪਤਾ ਵੱਡਿਆਂ ਦੇ ਕੰਮ ਹੈ, ਚਾਰ ਰੁਪਈਏ ਸਿੜਦੇ ਹੋਣਗੇ 50 ਰੁਪਏ ਤੋਂ, ਹਾਂਜੀ ਹਾਂ ਹਾਂ ਆਪਾਂ ਤਾਂ ਛੋਟੇ ਮੋਟੇ ਚੋਰ ਫੜਨ ਵਾਲੇ ਜੀ, ਹਾਂ ਠੀਕ ਹੈ ਜੀ ਚੰਗਾ ਜੀ, ਅੱਛਾ ਨਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ, ਕੋਈ ਨਹੀਂ ਦੇਖਦੇ ਹਾਂ ਮੈਡਮ ਹੋਰ ਆਈ ਹੈ, ਮੈਨੂੰ ਲੱਗਦਾ ਕੋਈ ਅੱਜ ਗਈ ਵੀ ਅਗਸਤ 'ਤੇ, ਹਾਂ ਹਾਂ ਚੰਗਾ ਜੀ ਠੀਕ ਹੈ ਜੀ ਚੰਗਾ ਓਕੇ ਜੀ। ਕੁਦਰ ਗਿਆ ਕੌਣ ਆਇਆ ਸੀ ਆਹ ਪਤਾ ਨਹੀਂ, ਅੱਛਾ ਆਹ ਰਿਪੋਰਟ 'ਚ ਜੇ ਕੰਮ ਕਰਨਾ ਆਪਾਂ, ਲੈ ਪਤਾ ਵਧੀਆ ਹੋ ਗਿਆ, ਮੈਂ ਉਹਦੀ ਗੱਲਾਂ ਸੁਣ ਲਵਾਂ ਪੁਲਿਸ ਵਾਲੇ ਦੀ, ਜਦੋਂ ਐਡੇ ਐਡੇ ਅਫਸਰਾਂ ਦਾ ਇੱਥੇ ਕੁਛ ਨਹੀਂ ਬਣਦਾ, ਮੇਰੇ ਵਰਗੇ ਗਰੀਬਾਂ ਦਾ ਇੱਥੇ ਕੀ ਬਣੂਗਾ, ਆਤਮਾ ਵਧੀਆ ਰਹਿ ਗਿਆ ਜਿਹੜੀਆਂ ਉਹਦੀਆਂ ਗੱਲਾਂ ਸੁਣ ਲਵਾਂ, ਅਤੇ ਨਹੀਂ ਤਾਂ ਮੈਂ ਤਾਂ ਆਪਦੇ ਤਿੰਨੇ ਜੀ ਮਰਵਾ ਕੇ ਬਹਿ ਜਾਂਦਾ, ਇਹ ਤਾਂ ਉਹ ਗੱਲ ਹੋ ਜਾਂਦੀ ਜੇ ਕਹਿੰਦੇ ਹੁੰਦੇ ਆ ਮਰੂਦਾਂ ਦਾ ਆ ਕੇ ਮੇਲੇ 'ਚ ਕੀ ਵੱਟਿਆ ਜਾਂਦਾ, ਇੱਥੇ ਗਰੀਬਾਂ ਦਾ ਕੀ ਵੱਟਿਆ ਜਾਊਗਾ, ਜਦੋਂ ਐਡੇ ਐਡੇ ਅਫਸਰ ਇੱਥੇ ਨਹੀਂ ਟਿਕਦੇ ਤਾਂ ਮੇਰਾ ਕਿ ਗਰੀਬਾਂ ਨੂੰ ਇੱਥੇ ਕਿਹੜਾ ਪੁੱਛਦਾ, ਮੈਂ ਵਧੀਆ ਰਹਿ ਗਿਆ ਜਿਹੜਾ ਉਹਨੂੰ ਗੱਲ ਦੱਸਣ ਤੋਂ ਪਹਿਲੇ ਆਪਦੇ ਘਰ ਆ ਗਿਆ ਟਾਈਮ ਨਾਲ, ਹੁਣ ਮੇਰਾ ਪਰਿਵਾਰ ਤਾਂ ਬਚ ਜੂਗਾ ਨਾ, ਮੇਰਾ ਪਰਿਵਾਰ ਤਾਂ ਜਾਉਂਦਾ ਰਹਿ ਜੂ, ਦੇਖੀ ਜਾਓ ਮੁੰਡੇ ਨੂੰ ਤਾਂ ਇਨਸਾਫ ਦਵਾਈ ਪਿਆ ਗਾ। ਆ ਗਏ ਕੀ ਬਣਿਆ, ਬੋਲ ਤਾਂ ਪੈ ਕੀ ਗੱਲ ਹੋ ਗਈ ਕੀ ਬਣ ਗਿਆ, ਕੁਛ ਨਹੀਂ ਬਣਨਾ, ਆ ਮੋਬਾਈਲ ਸੀ ਹੱਥ 'ਚ ਮੋਬਾਈਲ ਹੀ ਰਹਿ ਗਿਆ ਇਕੱਲਾ, ਕਿਉਂ ਉਹ ਇੱਥੇ ਕੀ ਬਣਨਾ, ਸਿਆਣੇ ਨੇ ਸੱਚ ਹੀ ਕਿਹਾ, ਕਹਿੰਦੇ ਹੁੰਦੇ ਨਾ ਸਿਆਣੇ ਕਿਉਂਕਿ ਮਰੂਦਾ ਜਿਹੜੇ ਦਾ ਮੇਲੇ 'ਚ ਕੀ ਬਣਦਾ, ਉਹ ਗੱਲ ਹੋ ਗਈ ਆਪਣਾ ਇੱਥੇ ਕੁਛ ਨਹੀਂ ਪੱਟੀ ਦਾ, ਗਰੀਬ ਬੰਦੇ ਦੇ ਇੱਥੇ ਕੁਛ ਨਹੀਂ ਸੁਣਦਾ, ਉਹ ਮਾਂ ਬਾਗਾ ਦੱਸ ਕੇ ਗਿਆ ਥਾਣੇ 'ਚ, ਥਾਣੇ 'ਚ ਗਿਆ ਉਹ ਗੱਲਾਂ ਕਰੀ ਜਾਂਦਾ ਜੀ ਪੁਲਿਸ ਵਾਲਾ, ਕਿਸੇ ਮੈਡਮ ਲੱਗੀ ਪਈ ਸੀ ਪਹਿਲਾਂ ਉੱਥੇ, ਉਹਦੀ ਤਾਂ ਬਦਲੀ ਬਦਲੀ ਕਰਤੀ, ਆਹੋ ਮਾੜੀ ਗੱਲ ਤੇ ਉਹ ਇੰਨੀ ਪਹੁੰਚ ਉਸ ਬੰਦੇ ਦੀ ਤਾਂ, ਅਤੇ ਆਪਣਾ ਉੱਥੇ ਕੀ ਪੱਟੀ ਦਾ, ਮੈਂ ਤਾਂ ਕੁਛ ਵੀ ਨਹੀਂ ਬੋਲਿਆ, ਮੈਂ ਤਾਂ ਉਹਦੀਆਂ ਗੱਲਾਂ ਸੁਣ ਕੇ ਤੁਰਿਆ, ਫਿਰ ਹੁਣ ਬਸ ਖਾਲੀ ਹੱਥ, ਉਹ ਖਾਲੀ ਹੱਥ ਹੀ ਹੈ ਹੋਰ ਇੱਦੂ ਖਾਲੀ ਹੱਥ ਕੀ, ਜਦੋਂ ਐਡੇ ਵੱਡੇ ਪੁਲਿਸ ਮੁਲਾਜ਼ਮ ਹੁੰਦੇ ਆ ਉਹਨਾਂ ਨੂੰ ਨਹੀਂ ਅਗਲਾ ਪੁੱਛਦਾ ਤਾਂ ਚੱਕ ਕੇ ਕਿਤੇ ਕਿਤੇ ਮਾਰਦਾ ਰਾਤੇ ਰਾਤ, ਅਤੇ ਆਪਣੇ ਵਰਗਾਂ ਦਾ ਕੀ ਆ, ਉੱਥੇ ਮੈਂ ਕੋਈ ਪੰਗਾ ਛੇੜ ਦਿੰਦਾ, ਕੱਲ੍ਹ ਨੂੰ ਆਪਣੀ ਧੀ ਵਿਆਹ ਵਾਲੀ ਬੈਠੀ ਆ ਆਪਾਂ ਇੱਥੇ ਮਾਰੇ ਜਾਂਦੇ, ਕੀ ਹੋਇਆ ਬਾਪੂ ਜੀ ਹੁਣ ਕੀ ਹੋਣਾ, ਬਸ ਖਾਲੀ ਹੱਥ ਆ ਗਿਆ, ਜਿਵੇਂ ਗਿਆ ਸੀਗਾ ਬਸ ਉਹ ਵੀ ਮੁੜਿਆ, ਆਪਣੇ ਪੱਲੇ ਕੁਛ ਨਹੀਂ ਪਿਆ, ਉਹ ਤਾਂ ਜਦੋਂ ਮੈਂ ਥਾਣੇ 'ਚ ਗਿਆ ਨਾ ਜਿਹੜੀ ਉਹ ਸੀਗੀ ਮੈਡਮ ਸੀਗੀ ਉਹਦੀ ਵੀ ਚੱਕ ਕੇ ਬਦਲੀ ਮਾਰੀ, ਕਿੱਡੀ ਪਹੁੰਚਾ ਗੁੰਡਿਆਂ ਦੀ, ਉਹਦੀ ਤਾਂ ਬਾਹਲੀ ਹੈ ਭਾਈ, ਤਾਂ ਹੀ ਬਲੈਕ ਕਹਿੰਦੇ ਨੇ ਜਿਹੜੇ ਬਲੈਕੀ ਆਉਂਦੇ ਹਨ ਇਹਨਾਂ ਦੀਆਂ ਮੰਤਰੀਆਂ ਤੱਕ ਪਹੁੰਚ ਹੁੰਦੀ ਹੈ, ਇਹ ਐਵੇਂ ਨਹੀਂ ਐਂ ਕਰਦੇ, ਇਹਨਾਂ ਨੂੰ ਕੋਈ ਨਹੀਂ ਫੜਦਾ ਫੁੜਦਾ, ਤਾਂ ਜੇ ਫੜਨਗੇ ਤਾਂ ਆਪਣੇ ਵਰਗ ਨੂੰ ਫੜਨਗੇ, ਹੁਣ ਜਾ ਕੇ ਕਹਿੰਦੇ ਆਪਣੇ ਵਰਗ ਨੂੰ ਬਿਨਾਂ ਗੱਲਬਾਤ ਤੋਂ ਵੀ ਅੰਦਰ ਸਿੱਟ ਦੇਣਗੇ, ਉਹਦੇ ਆਹ ਦੇਖਣ ਵਾਲੇ ਪਰੂਫ ਪਏ ਆ, ਤਾਂ ਮੈਨੂੰ ਕਿਸੇ ਨੇ ਸੁਣਵਾਈ ਕਰਨੀ, ਤਾਂ ਵੀ ਕੀ ਕਰਨਗੇ ਨਾ ਆਪਣੇ ਵਰਗ ਨੂੰ ਝੂਠ ਫਸਾ ਕੇ ਆਪਣੇ ਵਰਗ ਨੂੰ ਸੁੱਟ ਦੇਣਗੇ, ਤੁਹਾਡੀਆਂ ਨਕਲੀ ਬਣਾਈਆਂ ਨਹੀਂ ਆ ਆਹੀ ਕਹਿ ਦੇਣਗੇ,
ਨਾਲੇ ਵੀਰਾ ਕਿਹੜਾ ਮੁੜ ਆਊਗਾ, ਸਾਰੀਆਂ ਗੱਲਾਂ ਭੁੱਲਣੀਆਂ ਪੈਣਗੀਆਂ ਬਸ।